ਮੈਂ ਦੁੱਧ ਨਹੀਂ ਪੀਂਦਾ, ਦਹੀਂ ਖਾਂਦਾ, ਸ਼ਿਕੰਜੀ ਵੀ ਨਹੀਂ ਪੀਂਦਾ, ਕੋਕ ਸ਼ੋਕ ਕੁਛ ਨਹੀਂ ਪੀਂਦਾ, ਤੇ ਦਾਰੂ ਛੱਡੀ ਨੂੰ 14 ਸਾਲ ਹੋ ਗਏ, ਨਜ਼ਾਰੇ ਲੈਣਾ। ਮੈਂ ਬਾਬਾ ਸ਼ੁਕਰੀਆ ਭੋਲਾ ਯਲਾ ਜੀ ਦੇ ਨਾਂ ਤੇ ਖੁੱਲ ਕੇ ਤਾੜੀ ਮਾਰੋ, ਕਿਉਂਕਿ ਇਹ ਉਹ ਸਤਿਕਾਰਯੋਗ ਘਰਾਣਾ ਉਸਤਾਦ ਜਨਾਬ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ, ਉਹਨਾਂ ਨੇ ਐਸੀਆਂ ਸੁਰਾਂ ਦੀ, ਐਸੀ ਪੰਜਾਬ ਦੀ ਰੂਹ ਨੂੰ ਬਖਸ਼ਿਸ਼ ਕੀਤੀ ਹੈ। ਇਹਨਾਂ ਨੂੰ ਵਾਜਾ ਵਜਾਉਣ ਦੀ ਬਹੁਤ ਘੱਟ ਲੋੜ ਪੈਂਦੀ ਹੈ, ਮੈਂ ਗਾਰੰਟੀ ਨਾਲ ਕਹਿੰਦਾ। ਜਿੰਨੇ ਵੀ ਯਮਲਾ ਜੀ ਦੀ ਲਾਈਨ ਨਾਲ ਸੰਬੰਧਿਤ ਕਲਾਕਾਰ ਨੇ, ਉਹਨਾਂ ਦੀ ਫੁਲਵਾੜੀ ਹੈ, ਵਾਜਾ ਵਜਾਉਣ ਦੀ ਘੱਟ ਲੋੜ ਪੈਂਦੀ ਹੈ, ਕਿਉਂਕਿ ਉਹਨਾਂ ਦੀ ਗਾਇਕੀ ਐਸੀ ਸੀ, ਉਹਨਾਂ ਦੀ ਕਲਾਕਾਰੀ ਐਸੀ ਸੀ, ਵੈਸੀ ਸੁਰਕੁਲੇ ਹੋਏ ਉਹਦੇ 'ਚ। ਕਿਆ ਬਾਤ ਹੈ ਕਿ ਖੁੱਲ੍ਹ ਕੇ ਤਾੜੀ ਮਾਰੋ, ਸਾਨੂੰ ਵਾਜਾ ਵਜਾਉਣ ਦੀ ਲੋੜ ਪੈਂਦੀ ਹੈ, ਵੈਸੇ ਦੀ ਗੱਲ ਕਰਦੇ, ਸਾਨੂੰ ਸੁਰ ਭਾਲ ਭਾਲ ਲਾਉਣੇ ਪੈਂਦੇ ਨੇ, ਇਹਨਾਂ ਦੇ ਕੀ ਬਖਸ਼ਿਸ਼ ਹੈ, ਵੈਸੇ ਕਰ ਦਿੰਦੇ ਹੋ ਤੁਸੀਂ, ਬਹੁਤ ਬਹੁਤ ਮਿਹਰਬਾਨੀ। ਜਮਲਾ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਇਹੋ ਜਿਹੇ ਸਤਿਕਾਰਯੋਗ ਸੱਜਣਾਂ ਦਾ ਸੁਮੇਲ ਤੁਹਾਡੇ ਨਾਲ ਬਣਿਆ ਰਹੇ। ਮੈਂ ਮਾਣਯੋਗ ਸਰਦਾਰ ਲਾਲੀ ਬਰਾੜ ਜੀ ਦਾ ਦੁਬਾਰਾ ਫਿਰ ਧੰਨਵਾਦ ਕਰਦਾ, ਐਸੇ ਐਸੇ ਹੀਰੇ ਹੱਥਾਂ 'ਚ ਲਈ ਬੈਠੇ ਆਓ, ਧੰਨਵਾਦ ਜੀ, ਔਰ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ, ਬੜੇ ਅੱਛੇ ਅੱਛੇ ਫਨਕਾਰ ਸਤਿਕਾਰਯੋਗ ਸੱਜਣ ਇੱਥੇ ਬਿਰਾਜਮਾਨ ਨੇ, ਅਤੇ ਜਿੱਥੇ ਮੈਨੂੰ ਵੀ ਬੁਲਾ ਕੇ ਭਾਈ ਰਵਿੰਦਰ ਢਿੱਲੋਹਰਾ ਨੇ ਇਸ ਪਰਿਵਾਰ ਦੀ ਸੇਵਾ ਕਰਨ ਦਾ ਮਨੋਰੰਜਨ ਦੇ ਰਾਹੀਂ ਮੌਕਾ ਬਖਸ਼ਿਆ, ਮੈਂ ਤਹਿ ਦਿਲੋਂ ਧੰਨਵਾਦ ਦੀ ਢਿੱਲੋਹਰਾ, ਬਾਬਾ ਮਿਹਰਬਾਨੀ, ਬਾਬਾ ਸ਼ੁਕਰੀਆ, ਠੀਕ ਹੈ ਜਮਲਾ ਸਾਹਿਬ, ਥੈਂਕ ਯੂ।